ईडी ਦੇ ਰਿਮਾਂਡ ਦੌਰਾਨ ਭੁੱਖ ਹੜਤਾਲ ਤੇ ਬੈਠ ਗਏ ਨੇ ਸੁਖਪਾਲ ਖਹਿਰਾ। ਖਹਿਰਾ ਨੇ ਚੰਡੀਗੜ੍ਹ ਪੁਲਿਸ ਤੇ ਗੰਭੀਰ ਇਲਜ਼ਾਮ ਲਗਾਏ ਨੇ। ਸੋ ਮਨੀ ਲਾਂਡਰਿੰਗ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਸੁਖਪਾਲ ਖਹਿਰਾ, ਜਿਨ੍ਹਾਂ ਨੇ ਹੁਣ ਗੰਭੀਰ ਇਲਜ਼ਾਮ ਲਗਾਏ ਨੇ ਤੇ ਭੁੱਖ ਹੜਤਾਲ ਤੇ ਬੈਠ ਗਏ ਨੇ। ਈਡੀ ਦੇ ਰਿਮਾਂਡ ਦੌਰਾਨ ਭੁੱਖ ਹੜਤਾਲ ਤੇ ਬੈਠੇ ਨੇ ਸੁਖਪਾਲ ਖਹਿਰਾ ਤੇ ਉਹਨਾਂ ਨੇ ਚੰਡੀਗੜ੍ਹ ਪੁਲਿਸ ਤੇ ਗੰਭੀਰ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਹਨਾਂ ਦੇ ਨਾਲ ਅਣਮਨੁੱਖੀ ਵਤੀਰਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੇਰੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰੀ ਜਾ ਰਹੀ ਹੈ। ਪੁਲਿਸ ਅਧਿਕਾਰੀ ਪਾਂਡੇ ਨੇ ਮੈਨੂੰ ਕੜਾ ਉਤਾਰਨ ਲਈ ਆਖਿਆ। ਪਰੇਸ਼ਾਨ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਤੇ ਐਕਸ਼ਨ ਹੋਣ ਤੱਕ ਭੁੱਖ ਹੜਤਾਲ ਜਾਰੀ ਰੱਖਣ ਦੀ ਗੱਲ ਸੁਖਪਾਲ ਖਹਿਰਾ ਨੇ ਕਹੀ ਹੈ। ਦੱਸਦੇ ਕਿ ਮਨੀ ਲਾਂਡਰਿੰਗ ਮਾਮਲੇ ਵਿੱਚ 7 ਦਿਨਾਂ ਦੇ ਰਿਮਾਂਡ ਤੇ ਨੇ ਸੁਖਪਾਲ ਖਹਿਰਾ ਅਤੇ ਹੁਣ ਜੋ ਕਿ ਰਿਮਾਂਡ ਤੇ ਚੱਲ ਰਹੇ ਨੇ ਸੁਖਪਾਲ ਖਹਿਰਾ, ਇਸ ਬਾਬਤ ਜਿਹੜਾ ਹੈ ਈਡੀ ਵੱਲੋਂ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਰਿਮਾਂਡ ਦੌਰਾਨ ਹੁਣ ਭੁੱਖ ਹੜਤਾਲ ਤੇ ਬੈਠ ਗਏ ਨੇ ਸੁਖਪਾਲ ਖਹਿਰਾ। ਪਤਰਸ ਮਸੀਹ ਸਾਡੇ ਨਾਲ ਜੁੜ ਚੁੱਕੇ ਨੇ। ਪਤਰਸ, ਜਿਸ ਨਾਲ ਸੁਖਪਾਲ ਖਹਿਰਾ ਦੀਆਂ ਮੁਸ਼ਕਲਾਂ ਤਾਂ ਲਗਾਤਾਰ ਵਧੀਆਂ ਹੋਈਆਂ ਨੇ, ਲੇਕਿਨ ਹੁਣ ਜਿਸ ਨਾਲ ਗੰਭੀਰ ਇਲਜ਼ਾਮ ਲਗਾਏ ਗਏ ਨੇ ਭੁੱਖ ਹੜਤਾਲ ਤੇ ਬੈਠ ਗਏ ਨੇ, ਕੀ ਕੁਝ ਇਸ ਨੂੰ ਲੈ ਕੇ ਤੁਹਾਡੇ ਕੋਲ ਜਾਣਕਾਰੀ ਹੈ ਔਰ ਕੋਈ ਪੁਲਿਸ ਵੱਲੋਂ ਵੀ ਇਸ ਨੂੰ ਲੈ ਕੇ ਕੋਈ ਬਿਆਨ ਆਇਆ? ਦੇਖੋ ਰਦਾ, ਸੁਖਪਾਲ ਸਿੰਘ ਖਹਿਰਾ ਹੋਰੀ ਜਿਹੜੇ ਕਿ ਇਸ ਵਕਤ ਈਡੀ ਦੀ ਕਸਟਡੀ ਦੇ ਵਿੱਚ ਹੈਗੇ ਨੇ, ਉਹਨਾਂ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਹੋਰਾ ਦੇ ਵੱਲੋਂ ਜਿਹੜੇ ਕਿ ਖੁਦ ਇੱਕ ਐਡਵੋਕੇਟ ਨੇ ਬੀਤੀ ਰਾਤ ਇਹ ਇੱਕ ਮੈਸੇਜ ਨਸ਼ਰ ਕੀਤਾ ਗਿਆ ਕਿ ਸੁਖਪਾਲ ਸਿੰਘ ਖਹਿਰਾ ਜਿਹੜੇ ਕਸਟਡੀ ਦੇ ਵਿੱਚ ਹੈਗੇ ਨੇ ਉਹ ਭੁੱਖ ਹੜਤਾਲ ਤੇ ਬੈਠ ਗਏ ਨੇ, ਕਿਉਂਕਿ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਈਵਨ ਕਿ ਸਿੱਖੀ ਦਾ ਧਾਰਮਿਕ ਚਿੰਨ੍ਹ ਕੜਾ ਤੱਕ ਉਤਾਰਨ ਵਾਸਤੇ ਉਹਨਾਂ ਨੂੰ ਆਖਿਆ ਗਿਆ। ਅਜਿਹੇ ਜਿਹੜੇ ਬਿਆਨ ਨੇ, ਅਜਿਹੀ ਜਿਹੜੀ ਇੱਕ ਗੱਲ ਹੈ, ਮਹਿਤਾਬ ਸਿੰਘ ਖਹਿਰਾ ਹੋਰਾਂ ਦੇ ਵੱਲੋਂ ਪਬਲਿਕਲੀ ਇੱਕ ਨਸ਼ਰ ਕੀਤੀ ਗਈ ਹੈ ਕਿ ਇਸੇ ਰੋਸ ਦੇ ਚੱਲਦਿਆਂ ਸੁਖਪਾਲ ਸਿੰਘ ਖਹਿਰਾ ਹੋਰੀ ਜਿਹੜੇ ਆ ਉਹ ਭੁੱਖ ਹੜਤਾਲ ਦੇ ਉੱਤੇ ਬੈਠ ਗਏ ਨੇ। ਤੁਹਾਨੂੰ ਦੱਸ ਦਈਏ ਕਿ 18 ਨਵੰਬਰ ਨੂੰ ਦੁਬਾਰਾ ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਮੋਹਾਲੀ ਕੋਰਟ ਦੇ ਵਿੱਚ ਪੇਸ਼ੀ ਹੋਣੀ ਹੈ, ਜਦੋਂ ਰਿਮਾਂਡ ਦੀ ਸਮਾਪਤੀ ਹੋਣੀ ਹੈ। ਤਾਂ ਇਸ ਸਭ ਦੇ ਦਰਮਿਆਨ ਜਿੱਥੇ ਸੁਖਪਾਲ ਸਿੰਘ ਖਹਿਰਾ ਹੋਰੀ ਖੁਦ ਨੂੰ ਨਿਰਦੋਸ਼ ਦੱਸਦੇ ਆ ਰਹੇ ਨੇ, ਆਖ ਰਹੇ ਨੇ ਕਿ ਉਹਨਾਂ ਨੂੰ ਜਿਹੜਾ ਝੂਠੇ ਕੇਸ ਦੇ ਵਿੱਚ ਫਸਾਇਆ ਜਾ ਰਿਹਾ ਹੈ, ਔਰ ਇਸੇ ਦੇ ਤਹਿਤ ਹੀ ਕੱਲ੍ਹ ਜਿਹੜਾ ਪਿੰਡ ਰਾਮਗੜ੍ਹ ਦੇ ਵਿੱਚ ਜਿਹੜਾ ਕਿ ਭੁਲਾਤਲ ਜਿਹੜਾ ਪਿੰਡ ਹੈ, ਸੁਖਪਾਲ ਸਿੰਘ ਖਹਿਰਾ ਉਹਨਾਂ ਦੇ ਸਹਾਇਕੀਆਂ ਦੇ ਵੱਲੋਂ ਵੱਡਾ ਇਕੱਠ ਵੀ ਕੀਤਾ ਗਿਆ ਸੀਗਾ, ਔਰ ਉਹਨਾਂ ਦੇ ਖਹਿਰਾ ਦੇ ਪੁੱਤਰ ਦੇ ਵੱਲੋਂ ਵਾਰ ਵਾਰ ਰੱਖਿਆ ਜਾ ਰਿਹਾ ਕਿ ਉਹਨਾਂ ਦੇ ਪਿਤਾ ਨੂੰ ਜਿਹੜਾ ਵੈਂਡੈਟਾ ਪੋਲਿਟਿਕਸ ਦਾ ਸ਼ਿਕਾਰ ਬਣਾਇਆ ਜਾ ਰਿਹਾ, ਔਰ ਜਿਹੜੀ ਉਹਨਾਂ ਦੀ ਗ੍ਰਿਫਤਾਰੀ ਹੈ ਬਿਲਕੁਲ ਨਜਾਇਜ਼ ਹੈ ਔਰ ਗੈਰ ਸੰਵਿਧਾਨਿਕ ਹੈ। ਇਹ ਪਰਿਵਾਰ ਦਾ ਪੱਖ ਹੈ, ਪਰ ਦੂਸਰੇ ਪਾਸੇ ਈਡੀ ਦੀ ਜਿਸ ਤਰੀਕੇ ਨਾਲ ਜਾਂਚ ਚੱਲ ਰਹੀ ਹੈ ਉਸ ਦੇ ਉੱਤੇ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਨੇ, ਔਰ ਹੁਣ ਇਹ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਵੱਲੋਂ ਜਿਹੜਾ ਭੁੱਖ ਹੜਤਾਲ ਦੇ ਉੱਤੇ ਬੈਠਣ ਦਾ ਜਿਹੜਾ ਫੈਸਲਾ ਲੈ ਗਿਆ, ਇਹ ਜਿਹੜਾ ਕਦਮ ਚੁੱਕਿਆ ਗਿਆ ਇਸ ਨੇ ਇੱਕ ਵਾਰ ਫਿਰ ਇਸ ਜਾਂਚ ਦੇ ਦੌਰਾਨ ਜਿਹੜੀਆਂ ਨੇ ਨਵੀਆਂ ਚਰਚਾਵਾਂ ਨੂੰ ਛੇੜ ਕੇ ਰੱਖ ਦਿੱਤਾ ਹੈ। ਜੀ ਜੀ ਪਤਰਸ, ਸ਼ੁਕਰੀਆ ਫਿਲਹਾਲ ਦੀ ਸਾਰੀ ਜਾਣਕਾਰੀ ਲਈ। ਸੋ ਫਿਰ ਫਿਲਹਾਲ ਜਿਸ ਨਾਲ ਭੁੱਖ ਹੜਤਾਲ ਤੇ ਬੈਠ ਗਏ ਨੇ ਸੁਖਪਾਲ ਖਹਿਰਾ, ਮਨੀ ਲਾਂਡਰਿੰਗ ਮਾਮਲੇ ਵਿੱਚ 7 ਦਿਨਾਂ ਰਿਮਾਂਡ ਤੇ ਚੱਲ ਰਹੇ ਨੇ, ਲੇਕਿਨ ਜੋ ਗੰਭੀਰ ਇਲਜ਼ਾਮ ਲਗਾਏ ਗਏ ਨੇ ਉਹਨਾਂ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ ਲਗਾਇਆ, ਦੋਸ਼ੀ ਪੁਲਿਸ ਮੁਲਾਜ਼ਮ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਅਜੇ ਵਿਚਕਾਰ ਵੇਖਣਾ ਹੋਵੇਗਾ ਕਿ ਕਿੰਨੀ ਗੰਭੀਰਤਾ ਨਾਲ ਉਹਨਾਂ ਦੇ ਬਿਆਨਾਂ ਨੂੰ ਲਿਆ ਜਾਂਦਾ ਔਰ ਕੀ ਐਕਸ਼ਨ ਅੱਗੇ ਇਸ ਮਾਮਲੇ ਵਿੱਚ ਲਿਆ ਜਾਂਦਾ ਹੈ।